ਅਸਲਾਮ ਵਾਲੇਕਮ, ਮੈਂ ਮੁਹੰਮਦ ਅਫਜ਼ਾਲ। ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਮੁਹੰਮਦ ਅਫਜ਼ਾਲ 1725 ਰਾਜਾ ਪਾਕਿਸਤਾਨੀ। ਅੱਜ ਦਾ ਵਲੋਗ ਕਰਦੇ ਹਾਂ ਸ਼ੁਰੂ। ਸਾਡੇ ਚੈਨਲ 'ਤੇ ਆਉਣ ਵਾਲੇ ਜਿਹੜੇ ਨਵੇਂ ਸਬਸਕ੍ਰਾਈਬਰ ਨੇ, ਸਾਡੇ ਚੈਨਲ ਨੂੰ ਪਹਿਲੇ ਸਬਸਕ੍ਰਾਈਬ ਕਰ ਲੈਣ, ਬੈਲ ਆਈਕਨ ਦਾ ਬਟਨ ਆਲ ਕਰ ਲੈਣ। ਅੱਜ ਦਾ ਵਲੋਗ ਸਟਾਰਟ ਕਰਦੇ ਹਾਂ। ਅਤੇ ਅੱਜ ਦਾ ਵਲੋਗ ਹੈਗਾ ਈਦ ਦਾ ਤੀਸਰਾ ਦਿਨ। ਅਤੇ ਸਭ ਮੁਸਲਮਾਨ ਭਰਾਵਾਂ ਨੂੰ ਮੇਰੀ ਤਰਫੋਂ ਈਦ ਦਾ ਤੀਸਰਾ ਦਿਨ ਬਹੁਤ ਬਹੁਤ ਮੁਬਾਰਕ। ਅੱਜ ਈਦ ਦਾ ਆਖਰੀ ਦਿਨ ਹੈ ਅਤੇ ਸਭ ਦੋਸਤਾਂ ਨੇ ਜੋਸ਼ੋ ਖਰੋਸ਼ ਦੇ ਨਾਲ ਈਦ ਗੁਜ਼ਾਰੀ ਹੋਣੀ ਹੈ। ਜਿਹਨੇ ਕਿੰਨੇ ਕਿੰਨੇ ਕਿੱਥੇ ਕਿੱਥੇ ਕਿਸ ਕਿਸ ਤਰ੍ਹਾਂ ਈਦ ਗੁਜ਼ਾਰੀ, ਸਭ ਕਮੈਂਟ ਕਰਕੇ ਦੱਸਣਾ। ਅਤੇ ਤੁਹਾਡੀ ਈਦ ਕੈਸੀ ਗੁਜ਼ਰੀ, ਇੰਜੋਏ ਕੀਤਾ ਫੁੱਲ? ਅਤੇ ਇਹ ਮੇਰੀ ਹੈਗੀ ਹੈ ਫਰੀਆ ਬੇਟੀ, ਇਹ ਹੈਗੀ ਹੈ ਰਿਦਾ ਬੇਟੀ। ਅਤੇ ਹੁਣ ਦੁਕਾਨ 'ਤੇ ਚੱਲਦੇ ਹਾਂ। ਸਾਡੀ ਤਾਂ ਈਦ ਗੁਜ਼ਰੀ ਹੈ ਦੁਕਾਨ ਦੇ ਉੱਪਰ ਹੀ। 29ਵੇਂ ਰੋਜ਼ਾ ਵੀ ਮਾਸ਼ਾਅੱਲਾ ਸੁਬਾਹ ਚੱਲ ਗਿਆ ਸੀਗੇ ਆਪਣਾ, ਤਕਰੀਬਨ 7-8 ਵਜੇ ਦੁਕਾਨ 'ਤੇ। ਅਤੇ ਸਾਰਾ ਦਿਨ ਚਾਂਦ ਰਾਤ ਲਗਾਈ ਪੂਰੀ ਰਾਤ, ਫਿਰ ਅੱਗੋਂ ਈਦ ਦਾ ਪੂਰਾ ਦਿਨ ਦੁਕਾਨ 'ਤੇ। ਕੱਲ੍ਹ ਵੀ ਸੁਬਾਹ ਦੁਕਾਨ 'ਤੇ ਚਲੇ ਗਏ ਸੀ ਅਤੇ ਕੱਲ੍ਹ ਵੀ ਸਾਰਾ ਦਿਨ ਦੁਕਾਨ 'ਤੇ। ਰਾਤੀ ਤਕਰੀਬਨ 11 ਜਾਂ 12 ਵਜੇ ਦਾ ਟਾਈਮ ਸੀ ਜਦੋਂ ਰਾਤੀ ਦੁਕਾਨ ਤੋਂ ਆਏ ਹਾਂ। ਅਤੇ ਹੁਣ ਵੀ ਦੁਕਾਨ 'ਤੇ ਚੱਲੇ ਹਾਂ ਅਤੇ ਨਾਸ਼ਤਾ ਕਰ ਲਈਏ। ਨਾਸ਼ਤੇ ਤੁਹਾਨੂੰ ਦਿਖਾਉਂਦੇ ਹਾਂ ਕੀ ਆ। ਅਤੇ ਸਭ ਫਜ਼ਾਨ ਸਾਹਿਬ ਲੇਟੇ ਹੋਏ ਨੇ, ਠੀਕ ਹੈ। ਅਤੇ ਇਹਨਾਂ ਨੇ ਮਾਸ਼ਾਅੱਲਾ ਈਦ ਬਹੁਤ ਇੰਜੋਏ ਕੀਤੀ ਹੈ ਅਤੇ ਚੰਗਾ ਰੁਪਈਆ ਦਾ ਅਜਾੜਾ ਲਾਇਆ ਵਾ, ਠੀਕ ਆ। ਕੋਈ 4-5 ਹਜ਼ਾਰ ਰੁਪਈਆ ਇਹ ਜਿਹੜਾ ਇਹਨਾਂ ਨੇ ਅਡਾ ਅਡੂ ਕੇ ਪੜੇ ਮਾਰਿਆ, ਇੱਦਾਂ ਖਾਧਾ ਜਿੱਦਾਂ ਪਤਾ ਨਹੀਂ ਦੁਬਾਰਾ ਮਿਲਦਾ ਹੀ ਨਹੀਂ ਗਾ। ਬੰਦਾ ਜੋੜ ਲੈਂਦਾ ਯਾਰ, ਬੰਦਾ ਦੁਬਾਰਾ ਕਿਤੇ ਵੀ ਖਰਚ ਸਕਦਾ ਵਾ, ਠੀਕ ਹੈ ਨਾ। ਅਤੇ ਆਓ ਹੁਣ ਨਾਸ਼ਤਾ ਕਰੀਏ। ਨਾਸ਼ਤੇ ਦੇ ਵਿੱਚ ਸਾਡੇ ਕੋਲ ਹੈਗੀਆਂ ਨੇ ਸਵਈਆਂ, ਠੀਕ ਹੈ। ਸਵਈਆਂ ਖਾਂਦੇ ਹਾਂ, ਦੁੱਧ ਪਾਇਆ ਵਾ ਅਸੀਂ ਸਵਈਆਂ ਦੇ ਵਿੱਚ। ਅਤੇ ਫਿਰ ਮਿਲਦੇ ਹਾਂ ਤੁਹਾਨੂੰ ਦੁਕਾਨ 'ਤੇ ਜਾ ਕੇ। ਇਹ ਫਜ਼ਾਨ ਸਾਹਿਬ ਨੇ ਅਤੇ ਇਹ ਰਬਾਬ ਅਤੇ ਫਰੀਆ, ਇਹ ਹੈਗਾ ਮੈਂ। ਫਿਰ ਹੁਣ ਤੁਹਾਨੂੰ ਦੁਕਾਨ 'ਤੇ ਜਾ ਕੇ ਮਿਲਦੇ ਹਾਂ ਅਤੇ ਨਾਸ਼ਤਾ ਕਰ ਲਈਏ। ਅਤੇ ਨਾਸ਼ਤਾ ਕਰਕੇ ਅਤੇ ਦੁਕਾਨ 'ਤੇ ਚੱਲਦੇ ਹਾਂ। ਤਾਂ ਜੀ ਦੁਕਾਨ 'ਤੇ ਪਹੁੰਚ ਗਏ ਹਾਂ। ਸਾਡੇ ਸਟਾਫ ਸੁਧਾਰ ਸਾਹਿਬ ਮਾਸ਼ਾਅੱਲਾ ਤੇ ਨਾ ਬੜੇ ਨੇਕ ਤੇ ਜੁੰਮਾ ਪੜ੍ਹਦੇ ਆ, ਉਹ ਜੁੰਮਾ ਪੜ੍ਹ ਲਿਆ ਨਮਾਜ਼ ਕੀਤੀ ਹੈ। ਅਤੇ ਸਾਡੇ ਸਟਾਫ ਸੁਧਾਰ ਸਾਹਿਬ ਸਟਾਫ ਸੁਧਾਰ ਗੋਲਡਨ ਏਰਕਟ ਸਾਹਿਬ ਸਾਡੇ ਸਟਾਫ ਸੁਧਾਰ ਸਾਹਿਬ
ਹਾਜ਼ਰ ਹਾਂ। ਵੇਜ ਮੈਂ ਪਾ ਲਿਆ ਅਤੇ ਮਾਸ਼ਾਅੱਲਾ ਚੱਲ ਗਈਆਂ ਅਤੇ ਮਾਸ਼ਾਅੱਲਾ ਅਤੇ ਚੱਲ ਗਏ ਅਤੇ ਸਾਡੇ ਸਾਫ ਸਾਲ ਸਾਫ ਅਤੇ ਨਮਾਜ਼ ਪੜ੍ਹ ਗਏ ਅਤੇ ਉਸਤਾਦ ਮੈਂ ਠੀਕ ਕਰ ਲਿਆ ਵਾ ਉਸਤਾਦ ਨਮਾਜ਼ ਪੜ੍ਹੇ ਨਸ ਜੀ ਮਾਸ਼ਾ ਅੱਲਾ ਦਿਲ ਨਹੀਂ ਕਰਦਾ ਫਿਰ ਜਾਣ ਨੂੰ ਸਕੂਨ ਮੱਝ 'ਚ ਮਾਸ਼ਾ ਅੱਲਾ ਸਾਡੇ ਉਸਤਾਦ ਨੇ ਪੜ੍ਹ ਲਿਆ ਅਤੇ ਹੁਣ ਚੱਲੇ ਅਸੀਂ ਅਤੇ ਹੁਣ ਮਾਸ਼ਾ ਅੱਲਾ ਦੁਆ ਪੜ੍ਹਨਾ ਪਿਆ ਉਸਤਾਦ ਨਮਾਜ਼ ਪੜ੍ਹਦੇ ਮਾਸ਼ਾ ਅੱਲਾ ਅੱਡੇ ਅੱਛੇ ਲੱਗਦੇ ਆ ਨਮਾਜ਼ ਮਾਸ਼ਾ ਅੱਲਾ ਸਕੂਨ ਨਮਾਜ਼ 'ਚ ਬਸ ਜਿੰਨੇ ਸਕੂਨ ਕਸਰ ਕੁਰਾਨ ਮਜੀਦ ਔਰ ਨਮਾਜ਼ ਮਾਸ਼ਾਅੱਲਾ ਜੀ ਜੁੰਮਾ ਪੜ੍ਹ ਲਿਆ ਅਤੇ ਹੁਣ ਜੁੰਮਾ ਪੜ੍ਹ ਕੇ ਚੱਲੇ ਹਾਂ ਦੁਕਾਨ 'ਤੇ ਇਹ ਹੈ ਨੇ ਉਸਤਾਦ ਲੁਕਮਾਨ ਸਾਹਿਬ ਇਹ ਮੇਰਾ ਸ਼ਾਗਿਰਦ ਆ ਇਹਨੇ ਮੇਰੇ ਕੋਲ ਕੰਮ ਸਿੱਖਿਆ ਮਾਸ਼ਾਅੱਲਾ ਅਤੇ ਬਹੁਤ ਅੱਛਾ ਕਾਰੀਗਰ ਅਤੇ ਬਹੁਤ ਹੀ ਤਾਬਿਆਦਾਰ ਬੰਦਾ ਲੁਕਮਾਨ ਇਹਦਾ ਨਾਮ ਆ ਲੱਕੋ ਲੱਕੋ ਇਹਨੂੰ ਕਹਿੰਦੇ ਹਾਂ
ਅਸੀਂ ਦਰਅਸਲ ਪਹੁੰਚੇ ਸੀ ਜਮਾਤ ਦੇ ਟਾਈਮ, ਸਾਰੇ ਨਮਾਜ਼ ਪੜ੍ਹ ਕੇ ਚਲੇ ਗਏ, ਉਹ ਪਹਿਲੇ ਤਾਂ ਬੈਠੇ ਸੀ, ਅਸੀਂ ਪਹੁੰਚੇ ਜ਼ਰਾ ਲੇਟ, ਇਸ ਲਈ ਸੁੰਨਤਾਂ ਅਤੇ ਨਫਰ ਰਹਿੰਦੇ ਸੀ, ਅਸੀਂ ਉਹ ਅਦਾ ਕੀਤੇ ਨੇ, ਅਤੇ ਹੁਣ ਮਸਜਿਦ ਹੋ ਗਈ ਆ ਖਾਲੀ, ਇਹ ਦੇਖੋ ਸਾਰੀ, ਅਤੇ ਹੁਣ ਅਸੀਂ ਰਹਿ ਗਏ ਸਿਰਫ ਮਸਜਿਦ ਵਿੱਚ, ਅਤੇ ਹੁਣ ਅਸੀਂ ਵੀ ਚੱਲੇ ਹਾਂ ਮਸਜਿਦ ਨੂੰ ਲਾਉਂਦੇ ਤਾਲਾ ਦਰਵਾਜ਼ੇ ਨੂੰ, ਅਤੇ ਅਸਰ ਟਾਈਮ ਹੁੰਦਾ ਖੈਰ ਕਰੇ ਖੁੱਲੇਗੀ, ਚਲੀਏ ਬਾਹਰ, ਇੱਕ ਮਿੰਟ ਲੱਗੋ, ਇਹ ਦੇ ਇਹਨੂੰ ਇਹਨੂੰ ਕਰ, ਆ ਵੀ ਇਹਨੂੰ ਕਰ ਲਈ, ਚਲੋ ਲਾਓ ਤਾਲਾ, ਲਕਮਾਨ ਭਾਈ ਹੋਣਾ ਨੇ ਤਾਲਾ ਲਾ ਤਾ ਜੀ, ਇਹ ਮਾਸ਼ਾਅੱਲਾ ਮਸਜਿਦ ਦਾ ਬਾਹਰਲਾ ਸਹੀ ਨਾ, ਪਹਿਲੇ ਇੱਕ ਪੈਪ ਲੱਗਾ ਸੀ, ਹੁਣ ਪਿੱਛੇ ਨਵਾਂ ਪੈਪ ਲਾਇਆ ਇਹਨਾਂ ਨੇ, ਅਤੇ ਮਾਸ਼ਾਅੱਲਾ ਸਾਹਮਣੇ ਦੇਖੋ ਹੈਗੀ ਆ, ਚੱਕੀ ਜਾਂਦੀ ਤਾਂ ਤੁਰ ਕੇ ਜਾਣਾ ਪੈਣਾ ਸੀ, ਨਹੀਂ ਹੈਗੀ ਆ, ਲਓ ਜੀ ਬਾਹਰ ਚਲੀਏ, ਇਹ ਬਾਹਰ ਦਾ ਵਿਊ ਮਸਜਿਦ ਦੇ ਬਾਹਰ ਨਿਕਲਦੇ ਆ ਮਾਸ਼ਾਅੱਲਾ, ਇਹ ਦੇਖੋ ਇਹ ਹੈਗੀ ਆ, ਕਾਰਾਂ ਨੂੰ ਟਰੈਕਰ ਨਹੀਂ ਲਾਉਂਦੇ ਜਿਹੜੇ, ਇੱਥੇ ਇਹ ਉਹਨਾਂ ਦਾ ਦਫ਼ਤਰ ਹੈ, ਹੁਣ ਅਸੀਂ ਆਪਣੀ ਦੁਕਾਨ 'ਤੇ ਚਲੀਏ, ਅਤੇ ਦੁਕਾਨ 'ਤੇ ਜਾਂਦੇ ਹਾਂ ਅਤੇ ਫਿਰ ਉੱਥੇ ਜਾ ਕੇ ਤੁਹਾਨੂੰ ਮਿਲਦੇ ਹਾਂ, ਇਹ ਸੀ ਸਾਡਾ ਅੱਜ ਦਾ ਵਲੋਗ, ਅਗਰ ਤੁਹਾਨੂੰ ਸਾਡਾ ਵਲੋਗ ਅੱਛਾ ਲੱਗਾ ਹੋਵੇ ਲਾਈਕ ਕਰੋ, ਸਬਸਕ੍ਰਾਈਬ ਕਰੋ, ਕਮੈਂਟ ਕਰੋ, ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ, ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ, ਨਵੀਂ ਵੀਡੀਓ ਦੇ ਨਾਲ, ਨਵੇਂ ਵਲੋਗ ਦੇ ਨਾਲ, ਓਕੇ, ਅੱਲਾ ਹਾਫਿਜ਼।